ਅਰਥ ਪ੍ਰਕਾਸ਼ ਦੇ ਤਮਾਮ ਭਾਈਓ ਬਹਿਣੋ ਡਾਕਟਰ ਸਵਾਸਤਿਕ ਸ਼ਰਮਾ ਨਮਸਕਾਰ ਪਿਆਰੇ ਭਾਈਓ ਬਹਿਣ ਜੈਸੋ ਕੋ ਪਤਾ ਹੈ ਕਿ ਪੰਜਾਬ ਕਾ ਬਜਟ ਸੈਸ਼ਨ ਚੱਲ ਰਿਹਾ ਔਰ ਹਮਾਰੇ ਬੀਚ ਮੈਂ ਅਬੋਹਰ ਸੇ ਭਾਰਤੀ ਜਨਤਾ ਪਾਰਟੀ ਕੇ MLA ਅਰੁਣ ਨਾਰੰਗ ਜੀ ਨਾਰੰਗ ਸਾਹਿਬ ਕੌਣ ਕੌਣ ਸੇ ਮੁੱਦੇ ਆਪਣੇ ਵਿਧਾਨ ਸਭਾ ਕੇਂਦਰ ਉਠਾਏ ਹੈ ਅੱਜ ਜ਼ੀਰੋ ਆਵਰ 'ਚ ਅੱਜ ਭਾਈ ਕਨਈਆ ਸੇਵਾ ਸੁਸਾਇਟੀ ਸਿਹਤ ਬੀਮਾ ਯੋਜਨਾ ਚੱਲਦਾ ਭਾਈ ਕਨਈਆ ਸਿਹਤ ਬੀਮਾ ਯੋਜਨਾ ਜਿਹੜੀ ਪੰਜਾਬ ਸਰਕਾਰ ਦੀ ਯੋਜਨਾ ਹੈ ਜਿਹਦੇ ਵਿੱਚ ਹੈਲਥ ਕਾਰਡ ਦਿੱਤਾ ਜਾਂਦਾ ਅਤੇ ਤੁਸੀਂ ਇੰਸ਼ੋਰੈਂਸ ਜਿੰਨਾ ਮਰਜ਼ੀ ਕਰਾ ਸਕਦੇ ਹੋ ਉਹਦੇ 'ਚ ਪ੍ਰੀਮੀਅਮ ਭਰ ਕੇ ਲੇਕਿਨ ਉਹ ਪੰਜਾਬ ਸਰਕਾਰ ਦੀ ਯੋਜਨਾ ਜਿਹੜੀ ਕਿ ਬੜੇ ਕਿਸਾਨਾਂ ਨੇ ਪਿੰਡਾਂ ਦੇ ਵਿੱਚ ਲੋਕਾਂ ਨੇ ਉਹਦਾ ਪ੍ਰੀਮੀਅਮ ਭਰਿਆ 6-6 ਮਹੀਨੇ ਹੋ ਚੁੱਕੇ 7-7 ਮਹੀਨੇ ਹੋ ਚੁੱਕੇ ਲੇਕਿਨ ਅੱਜ ਤੱਕ ਉਹ ਕਾਰਡ ਨਹੀਂ ਬਣਿਆ ਉਹਦੇ ਪਿੱਛੇ ਮੈਂ ਪਤਾ ਕੀਤਾ ਜਦੋਂ ਹੈਲਥ ਡਿਪਾਰਟਮੈਂਟ ਤੋਂ ਉਹ ਕਹਿੰਦੇ ਜਿਹੜੀ ਕੰਪਨੀ ਨਾਲ ICICI ਇੰਸ਼ੋਰੈਂਸ ਨਾਲ ਇਹਨਾਂ ਨੇ ਕੋਈ ਐਗਰੀਮੈਂਟ ਸੀਗਾ ਉਹ ਐਗਰੀਮੈਂਟ ਉਹ ਕੰਪਨੀ ਭੱਜ ਗਈ ਉਹ ਕੰਪਨੀ ਉਸ ਤੋਂ ਬਾਅਦ ਨਵਾਂ ਐਗਰੀਮੈਂਟ ਸਰਕਾਰ ਨੇ ਕੀਤਾ ਨਹੀਂ ਲੋਕ ਆਪਦੇ ਪੈਸੇ ਭਰੀ ਬੈਠੇ ਹੈ ਜੇ ਕਿਸੇ ਨੂੰ ਹੈਲਥ ਦੀ ਜ਼ਰੂਰਤ ਮਹਿਸੂਸ ਹੋਈ ਹੈ ਤਾਂ ਉਹ ਵਿਚਾਰੇ ਦਾ ਕਾਰਡ ਨਹੀਂ ਚੱਲਿਆ ਉਹਨੇ ਉਲਟਾ ਇੰਸ਼ੋਰੈਂਸ ਕਰਾ ਕੇ ਉਹ ਫਸ ਗਿਆ ਪੈਸੇ ਲੋਕਾਂ ਨੇ ਕਾਫੀ ਸਰਕਾਰ ਕੋਲ ਭਰੇ ਹੈ ਲੇਕਿਨ ਸਰਕਾਰ ਇਹਦੀ ਕੋਈ ਜਵਾਬਦੇਹੀ ਤੈਅ ਨਹੀਂ ਕਰ ਰਹੀ ਵੀ ਕਿਹਦੀ ਗਲਤੀ ਹੈ ਕੀ ਗੱਲ ਹੈ ਕਿਉਂ ਅਗਲਿਆਂ ਨੂੰ ਇਹ ਤੰਗੀ ਹੋ ਰਹੀ ਹੈ ਜਾਂ ਜਿਹੜਾ ਕਾਰਡ ਲਿਆ ਜਿਹਨੇ ਉਹ ਕਾਰਡ ਉਹਦਾ ਚੱਲਦਾ ਨਹੀਂ ਕਿਧਰੇ ਵੀ ਕੋਈ ਇਸ ਤੋਂ ਬਾਅਦ ਤੁਹਾਨੂੰ ਵਿਧਾਨ ਸਭਾ ਕੇਂਦਰ ਕੀ ਆਸ਼ਵਾਸਨ ਮਿਲਿਆ ਤੁਹਾਡੇ ਪ੍ਰਸ਼ਨ ਦਾ ਨਹੀਂ ਜ਼ੀਰੋ ਆਵਰ ਹੁੰਦਾ ਅਸੀਂ ਸਪੀਕਰ ਦੇ ਥਰੂ ਅਸੀਂ ਹੈਲਥ ਮਿਨਿਸਟਰ ਨੂੰ ਮੈਂ ਉਹਨਾਂ ਦਾ ਧਿਆਨ ਦਵਾਇਆ ਮੈਂ ਕਿਹਾ ਜੀ ਇਸ ਇਸ਼ੂ 'ਤੇ ਤੁਸੀਂ ਕਰੋ ਕਾਰਵਾਈ ਅੱਛਾ ਇਸ ਤੋਂ ਇਲਾਵਾ ਜਿਵੇਂ ਤੁਸੀਂ ਹੁਣ ਗੱਲ ਭਾਈ ਕਨਈਆ ਜੀ ਵਾਲੀ ਕਹੀ ਹੈ ਉਸ ਤਰ੍ਹਾਂ ਸੈਂਟਰ ਗੌਰਮੈਂਟ ਆਯੁਸ਼ਮਾਨ ਭਾਰਤ ਵੀ ਕਿਹਾ ਤਾਂ ਇਹ ਨਹੀਂ ਸਕਦਾ ਕਿ ਜਿਹੜੀ ਸਰਕਾਰ ਨੇ ਪ੍ਰਾਈਵੇਟ ਏਜੰਸੀਆਂ ਨੂੰ ਦਿੱਤੀ ਹੈ ਅਸੀਂ ਕਹਿੰਦੇ ਹਾਂ ICICI ਨੂੰ ਤਾਂ ਉਹ ਆਯੁਸ਼ਮਾਨ ਭਾਰਤ ਨੂੰ ਇੰਪਲੀਮੈਂਟ ਕਰ ਦਿੰਦੇ ਕਮ ਸੇ ਕਮ ਲੋਕਾਂ ਦਾ ਪੈਸਾ ਤਾਂ ਇਸ ਤਰ੍ਹਾਂ ਜਾਂਦਾ ਨਹੀਂ ਨਹੀਂ ਆਯੁਸ਼ਮਾਨ ਭਾਰਤ ਜਿਹੜੀ ਸੈਂਟਰ ਦੀ ਸਕੀਮ ਹੈ ਉਹ ਅਲੱਗ ਸਕੀਮ ਹੈ ਉਹ ਹਰੇਕ ਗਰੀਬ ਵਾਸਤੇ ਹੈ ਅਤੇ ਉਹ ਬਿਨਾਂ ਪੈਸੇ ਤੋਂ ਹੈ ਇਹ ਜਿਹੜਾ ਇੰਸ਼ੋਰੈਂਸ ਸਕੀਮ ਹੈਗੀ ਇਹਦੇ ਵਿੱਚ ਕੁਛ ਸ਼ੇਅਰਸ ਪੰਜਾਬ ਗੌਰਮੈਂਟ ਦਿੰਦੀ ਹੈ ਅਤੇ ਇਹ ਪੰਜਾਬ ਗੌਰਮੈਂਟ ਨੇ ਸਕੀਮ ਚਲਾਈ ਸੀ ਇਹਦੇ ਵਿੱਚ ਤੁਸੀਂ ਕਾਫੀ ਜ਼ਿਆਦਾ ਜਿੰਨਾ ਤੁਹਾਡੀ ਇੱਛਾ ਹੋਵੇ ਪ੍ਰੀਮੀਅਮ ਦੇ ਹਿਸਾਬ ਨਾਲ ਕੋਈ ਇਹਨਾਂ ਦਾ ਲਿਮਿਟ ਹੈ 10 ਲੱਖ ਤੱਕ ਵੀ ਤੁਸੀਂ ਇੰਸ਼ੋਰੈਂਸ ਕਰਾ ਸਕਦੇ ਹੋ ਆਪਦਾ ਈਅਰਲੀ 5 ਲੱਖ ਤੱਕ 4 ਲੱਖ ਤੱਕ ਜਿੰਨਾ ਵੀ ਤੁਸੀਂ ਕਰਾਉਣਾ ਉਹ ਕਰਾ ਸਕਦੇ ਹੋ ਅਤੇ ਜਿਹੜੇ ਲੋਕ ਕਹਿੰਦੇ ਸਾਨੂੰ ਹਾਲੇ ਤੱਕ ਕੋਈ ਬੈਨੀਫਿਟ ਨਹੀਂ ਮਿਲਿਆ ਉਹਨਾਂ ਦੇ ਵਾਸਤੇ ਤੁਸੀਂ ਕੁਛ ਐਫਰਟਸ ਇਸ ਤੋਂ ਇਲਾਵਾ ਵਿਧਾਨ ਸਭਾ 'ਚ ਕੁਐਸਚਨ ਚੱਕਣ ਤੋਂ ਇਲਾਵਾ ਹੋਰ ਵੀ ਕੁਛ ਕਰ ਰਹੇ ਹੋ ਆਪਣੇ ਸਤਰ 'ਤੇ ਕੁਛ ਉਹਨਾਂ ਤੋਂ ਇਲਾਵਾ ਅਸੀਂ ਸਰਕਾਰ ਦੇ ਖਿਲਾਫ਼ ਹੀ ਬੋਲਣਾ ਅਸੀਂ ਸਰਕਾਰ ਦੇ ਖਿਲਾਫ਼ ਇਹ ਆਵਾਜ਼ ਉਠਾਈ ਹੈ ਅੱਜ ਵਿਧਾਨ ਸਭਾ 'ਚ ਉਠਾਈ ਕੱਲ੍ਹ ਉੱਥੇ ਜਨਤਾ 'ਚ ਵੀ ਜਾ ਕੇ ਇਹ ਆਵਾਜ਼ ਉਠਾਵਾਂਗੇ ਇਸ ਤੋਂ ਇਲਾਵਾ ਕਿਹੜੇ ਕਿਹੜੇ ਮੁੱਦੇ ਸੀਗੇ ਤੁਸੀਂ ਇਸ ਵਾਰ ਵਿਧਾਨ ਸਭਾ ਸੈਸ਼ਨ ਕਹਿੰਦੇ ਬਿਜਲੀ ਦਾ ਵੀ ਮੁੱਦਾ ਚੱਕਿਆ ਬਿਜਲੀ ਬਿੱਲਾਂ ਦਾ ਉਹਦੇ ਬਾਰੇ ਦੱਸੋ ਬਿਜਲੀ ਦਾ ਜਿਹੜੇ ਇਹਨਾਂ ਨੇ ਇਹ SCBC ਦੇ 200 ਯੂਨਿਟ ਜਿਹੜੇ ਇਹਨਾਂ ਨੇ ਬੰਦ ਕਰਤੇ 200 ਯੂਨਿਟ ਇਹ ਕਹਿੰਦੇ ਜੀ 1 ਕਿਲੋਵਾਟ ਤੱਕ ਦੇ ਅਸੀਂ ਫ੍ਰੀ ਕਰਾਂਗੇ ਉਸ ਤੋਂ ਉੱਤੇ ਜਿੰਦਾ ਵੀ ਲੋਡ ਹੋਏਗਾ ਉਸ ਲੋਡ ਨੂੰ ਬਿੱਲ ਲੱਗੇਗਾ ਇਹ ਬਹੁਤ ਵੱਡਾ ਧੱਕਾ ਇੱਕ ਗਰੀਬ ਆਦਮੀ ਅੱਜ ਦੇਖੋ ਰੈਫਰੀਜਰੇਟਰ ਫਰਿੱਜ ਇੱਕ ਇਹੋ ਜਿਹੀ ਜ਼ਰੂਰਤ ਦੀ ਚੀਜ਼ ਹੈ ਲਗਜ਼ਰੀ ਦੀ ਚੀਜ਼ ਨਹੀਂ ਹੈ ਜ਼ਰੂਰਤ ਦੀ ਚੀਜ਼ ਹੈ ਲਗਭਗ ਹਰ ਗਰੀਬ ਘਰ 'ਚ ਫਰਿੱਜ ਜ਼ਰੂਰ ਹੁੰਦਾ ਅਤੇ ਇੱਕ ਫਰਿੱਜ ਲੈ ਲਓ 4 ਪੱਖੇ ਲੈ ਲਓ 4-5 ਬੱਲਬ ਲੈ ਲਓ ਇੱਕ ਕੂਲਰ ਲੈ ਲਓ ਅਤੇ 2 ਕਿਲੋਵਾਟ ਤਾਂ ਵੈਸੇ ਹੀ ਬਣ ਜਾਂਦਾ ਕਿਆ ਤੁਸੀਂ ਇਹ ਵੀ ਕਿਹਾ ਕਿ ਜਿਹੜੀ 200 ਲਿਮਿਟ ਇਹਨੇ ਰੱਖੀ ਹੈ ਉਹ ਲਿਮਿਟ ਵਧਾ ਕੇ ਕੁਝ ਜ਼ਿਆਦਾ ਕਰ ਦਿੱਤੀ ਜਾਵੇ ਨਹੀਂ ਲਿਮਿਟ ਲਿਮਿਟ ਤਾਂ ਵੱਧ ਸਕਦੀ ਹੈ ਨਾ ਨਹੀਂ ਨਹੀਂ ਲਿਮਿਟ ਕਿਵੇਂ ਵਧਾ ਜਿਵੇਂ ਉਹਨਾਂ ਨੇ ਇਹ ਕਿਹਾ ਕਿ 200 ਯੂਨਿਟ ਤੱਕ ਵੀ ਸਾਰੇ ਦੇਖੋ ਅਕਾਲੀ ਭਾਜਪਾ ਸਰਕਾਰ ਸੀ ਸਾਰਿਆਂ ਵਾਸਤੇ ਹਰ SCBC ਵਾਸਤੇ 200 ਯੂਨਿਟ ਫ੍ਰੀ ਸੀਗਾ ਲੇਕਿਨ ਇਹਨਾਂ ਨੇ ਉਹਨੇ ਇੱਕ ਲਿਮਿਟ ਰੱਖ ਕੇ ਉਹਨੂੰ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਨਤਾ ਨਾਲ ਧੋਖਾ ਬੈਕਡੋਰ ਤੋਂ ਧੋਖਾ ਦੇ ਰਹੇ
ਕਿਉਂਕਿ ਕਲੀਅਰ ਕੱਟ ਇਹ ਜਿਹੜੀ ਸਹੂਲੀਅਤ ਹੈ ਇਹ SCBC ਵਾਸਤੇ ਹੈ, ਜਿਹੜੀ ਕਿ ਇਹਦਾ ਮਤਲਬ ਇਹਨਾਂ ਦਾ ਜਿਹੜਾ SCBC ਨਾਲ ਵੀ ਇਹਨਾਂ ਦਾ ਰਵੱਈਆ ਠੀਕ ਨਹੀਂ ਹੈ, ਉਹਨਾਂ ਦੇ ਖਿਲਾਫ ਵੀ ਇਹ ਕੰਮ ਕਰਦੀ ਹੈ ਸਰਕਾਰ। ਤੋ ਪਿਆਰੇ ਭਾਈ ਬਹਿਣੋ, ਇਹ ਸਾਡੇ ਵਿੱਚ ਸੀਗੇ ਪੰਜਾਬ ਅਬੋਹਰ ਤੋਂ ਭਾਰਤੀ ਜਨਤਾ ਪਾਰਟੀ ਦੇ MLA ਅਰੁਣ ਨਾਰੰਗ ਜੀ। ਤਾਜ਼ਾ ਅਪਡੇਟਸ ਕੇ ਲਈ ਅਰਥ ਪ੍ਰਕਾਸ਼ TV ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਕੋ ਪ੍ਰੈਸ ਕਰੇ।